ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਸਾਰਿਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹੋਇਆ ਲੈ ਕੇ ਇੱਕ ਹੋਰ ਨਵੀਂ ਵੀਡੀਓ। ਸੋ ਅੱਜ ਇੱਕ ਹੋਰ 2009 ਆਰਮੀ ਡਿਸਪੋਜ਼ਲ ਬੁਲਟ ਸਟੈਂਡਰਡ ਰੀਸਟੋਰ ਕੀਤਾ ਹੈ ਜੀ, ਪੂਰਾ ਸਟੋਕ ਕੰਡੀਸ਼ਨ ਦੇ ਵਿੱਚ। ਬਾਈਕ ਦੀ ਗੱਲ ਕਰੀਏ ਤਾਂ ਸਾਡਾ ਇਹ ਲਾਸਟ ਬਾਈਕ ਸੀਗਾ ਲੋਟ ਦਾ, ਜਿਸ ਨੂੰ ਆਪਾਂ ਰਜਿਸਟਰ ਕਰਵਾਇਆ ਸੀਗਾ HP ਨੰਬਰ ਦੇ ਵਿੱਚ। ਸੋ ਇਸਦਾ ਮਤਲਬ ਕਹਿਣ ਦਾ ਇਹ ਹੈ ਕਿ ਇਹ 15 ਸਾਲ ਦੀ RC ਦੇ ਨਾਲ ਪ੍ਰੋਪਰ ਜਿੱਦਾਂ ਜੈਨੂਇਨ ਰੋਡ 'ਤੇ ਚੱਲਣ ਦੇ ਲਾਇਕ ਹੈ। ਕੋਈ ਇਸਦਾ ਚਲਾਨ ਨਹੀਂ ਕੱਟੇਗਾ, ਕੋਈ ਇਸਨੂੰ ਮਤਲਬ ਰੋਕ ਨਹੀਂ ਸਕਦਾ, ਕਿਉਂਕਿ ਡਾਕੂਮੈਂਟੇਸ਼ਨ ਇਸਦੀ ਪੂਰੀ ਕੰਪਲੀਟ ਹੈ। ਨੰਬਰ ਤੁਸੀਂ ਦੇਖ ਸਕਦੇ ਹੋ HP ਦਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਕਾਫੀ ਟਾਈਮ ਤੋਂ ਬੰਦ ਹੋ ਗਏ ਸੀਗੇ ਅਤੇ ਲਾਸਟ ਹਿਮਾਚਲ ਦੇ ਵਿੱਚ ਰਜਿਸਟਰ ਹੋ ਰਿਹਾ ਸੀ। ਸੋ ਇਹ ਆਪਾਂ ਬਾਈਕ ਜਿਹੜਾ ਹੈਗਾ ਕਸਟਮਰ ਨੂੰ ਡਿਲੀਵਰ ਕਰਨਾ ਹੈ ਵਿਦ ਪ੍ਰੋਪਰ ਨੰਬਰ, 15 ਈਅਰ ਦੀ RC ਜਿਹੜੀ ਹੈਗੀ 15 ਸਾਲ ਦੀ ਉਹਦੇ ਨਾਲ। ਸੋ ਅੱਜ ਤੋਂ ਤੁਸੀਂ ਇਸ ਸਾਲ ਤੋਂ ਲੈ ਕੇ 15 ਸਾਲ ਗਾਂਹ ਤੱਕ ਇਹ ਬਾਈਕ ਬਿਨਾਂ ਕਿਸੇ ਟਰਬਲ ਦੇ ਪੂਰਾ ਜੈਨੂਇਨ ਤਰੀਕੇ ਨਾਲ ਬੰਦਾ ਚਲਾ ਸਕਦਾ ਹੈ। ਸੋ ਰਜਿਸਟਰ ਹੋਇਆ ਜੀ ਆਪਣੇ ਗੁਰਪ੍ਰੀਤ ਕਸਟਮਸ ਦੇ, ਅੱਗੇ ਤੁਹਾਡੇ ਨਾਲ ਇਹ ਡਿਟੇਲ ਸ਼ੇਅਰ ਕਰਦੇ ਨੇ। ਹਾਂਜੀ ਭਾਅ ਜੀ, ਕੀ ਹਾਲ ਚਾਲ ਸਾਰਿਆਂ ਦਾ। ਸੋ ਭਾਅ ਜੀ, ਤੁਸੀਂ ਜਿਹੜੇ ਦੱਸੀ ਦਿੱਤਾ ਕਿ ਆਪਣੇ 2009 ਮਾਡਲ ਬਾਈਕ ਸੀਗਾ, XRMY ਹੈ, ਇਹ ਰਜਿਸਟਰਡ ਭਾਅ ਜੀ ਹੋਇਆ ਆ, ਬਸ ਇਹਦੀ ਹਾਈ ਸਕਿਉਰਿਟੀ ਪਲੇਟਸ ਵੀ ਆਉਣੇ ਵਾਲੀਆਂ ਹੀ ਆ। ਸੋ ਫਿਲਹਾਲ ਦੀ ਘੜੀ ਨਹੀਂ ਸੀ ਕਿ ਆਪਾਂ ਨੰਬਰ ਇਹਦੇ ਉੱਤੇ ਲਗਵਾ ਦਿੱਤਾ ਸੀਗਾ, ਬਟ ਇਹ ਭਾਅ ਜੀ ਪ੍ਰੋਪਰ ਵੈਲੀਡੇਸ਼ਨ ਦੇ ਨਾਲ ਕੰਪਲੀਟ ਹੈ। ਆਪਣਾ ਕਹਿ ਲਓ ਪੂਰੇ ਲੋਟ ਵਿੱਚੋਂ ਲਾਸਟ ਬਾਈਕ ਸੀਗਾ ਜਿਹੜਾ ਰਜਿਸਟਰਡ ਹੋਇਆ। ਇਸ ਤੋਂ ਬਾਅਦ 4-5 ਬਾਈਕਸ ਖੜ੍ਹੇ ਆ ਜਿਹੜੇ ਰਜਿਸਟਰਡ ਨਹੀਂ ਹੋਏ ਸੀਗੇ, ਬਟ ਇਹ ਬਾਈਕ ਰਜਿਸਟਰਡ ਹੋ ਗਿਆ ਸੀਗਾ। ਸੋ ਇਹ ਕਸਟਮਰ ਦੇ ਅਕੋਰਡਿੰਗਲੀ ਭਾਅ ਜੀ ਤਿਆਰ ਹੋਇਆ, ਕਸਟਮਰ ਰਿਕੁਆਇਰਮੈਂਟ ਦੇ ਅਕੋਰਡਿੰਗਲੀ। ਫਸਟਲੀ ਆਪਾਂ ਗੱਲ ਕਰੀਏ ਭਾਅ ਜੀ ਉਹਦੀ ਖੰਡਾ ਸਾਹਿਬ ਵਾਲੀ ਲਾਈਟ ਪਵਾਈ ਹੈ ਕਸਟਮਰ ਨੇ, ਸੋ ਤੁਹਾਨੂੰ ਚਲਾ ਕੇ ਦਿਖਾ ਦਿੰਦੇ ਤਾਂ ਅਸੀਂ ਚੈੱਕ ਕਰਦੇ ਹਾਂ। ਇਹਦੀ ਪਾਰਕਿੰਗ ਔਨ ਹੈ, ਠੀਕ ਹੈ ਜੀ, ਇਹਦਾ ਇੰਡੀਕੇਟਰ ਆ ਗਏ ਨੇ। ਸੋ ਇਹਦੇ ਹਾਈ ਲੋ ਆ ਗਿਆ, ਇਹ ਲੋ ਆ, ਇਹ ਹਾਈ ਆ ਗਿਆ, ਇਹ ਲੋ ਬੀਮ ਆ ਗਿਆ, ਠੀਕ ਹੈ ਜੀ। ਇੱਥੇ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਪੁੱਛਣੀ ਚਾਹੁੰਦਾ, ਕਸਟਮਰ ਹਿਮਾਚਲ ਦਾ ਹੈ ਕਿ ਪੰਜਾਬ ਦਾ? ਨਹੀਂ ਭਾਅ ਜੀ, ਨਾ ਉਹ ਹਿਮਾਚਲ ਦੇ, ਨਾ ਉਹ ਪੰਜਾਬ ਦੇ ਆ, ਉਹ ਮੇਰੇ ਖਿਆਲ ਨਾਲ ਪਿੱਛੋਂ ਹਰਿਆਣੇ ਸਟੇਟ ਦੇ ਆ। ਸੋ ਉਹਨਾਂ ਦੀ ਭਾਅ ਜੀ ਤੁਹਾਨੂੰ ਪਤਾ, ਜਿਹਨੂੰ ਕੀੜਾ ਹੈਗਾ ਅਗਲੇ ਨੂੰ ਤਾਂ ਬਸ ਵੈਲਿਡਿਟੀ ਚਾਹੀਦੀ, ਨੰਬਰ ਜਿੱਥੋਂ ਮਰਜ਼ੀ ਹੋਵੇ, ਬਾਈਕ ਅਗਲੇ ਨੂੰ ਵੈਲਿਡ ਚਾਹੀਦੀ ਸੀਗੀ ਉਹਨਾਂ ਨੂੰ। ਹੁਣ ਆਪਣੇ ਸਟੇਟ ਦੇ ਵਿੱਚ ਜਾ ਕੇ ਟ੍ਰਾਂਸਫਰ ਕਰਾ, ਹਾਂ ਟ੍ਰਾਂਸਫਰ ਕਰਾ ਸਕਦੇ ਆ ਉਹ, ਕੋਈ ਇਸ਼ੂ ਨਹੀਂ ਹੈਗਾ। ਨਵੀਂ RC ਬਣਨੀ, ਹਾਂ ਨਵੀਂ RC ਬਣੂਗੀ, ਨਹੀਂ ਤਾਂ HP ਦੇ ਨਾਲ ਰੱਖਣਾ, HP ਦੇ ਨਾਲ ਵੀ ਰੱਖ ਸਕਦੇ, ਕੋਈ ਇਸ਼ੂ ਨਹੀਂ ਹੈਗਾ। ਸੋ ਉਹਨਾਂ ਦੀ ਸੈਕਿੰਡ ਰਿਕੁਆਇਰਮੈਂਟ ਸੀਗੀ ਵੀਲਸ ਦੀ, 3S ਵਾਲੇ ਜਿਹੜੇ ਟ੍ਰੈਂਡਿੰਗ ਡਿਜ਼ਾਈਨ ਹੈਗਾ ਹੀ ਆ, ਲੋਇਨਕਸ ਦੇ ਅਲੋਈ ਵੀਲ ਪੇ ਭਾਅ ਜੀ ਦੇ ਵਿੱਚ। ਸੋ ਜਿੱਦਾਂ ਕਿ ਭਾਅ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਰਮੀ ਵਾਲੀ ਗੱਡੀ ਵਿੱਚ ਇੱਕ ਚੈਸੀ ਬਰਥ ਹੁੰਦੀ ਪੁਰਾਣੀ, ਇਹਦੇ ਬਾਡੀ ਪਾਰਟਸ ਹੋ ਗਏ, ਇੰਜਨ ਚੈਂਬਰ ਹੋ ਗਿਆ, ਠੀਕ ਆ ਜੀ, ਇਹ ਚੀਜ਼ਾਂ ਹੈੱਡ ਵਗੈਰਾ ਪੁਰਾਣਾ ਬਰਥ ਹੁੰਦਾ। ਬਾਕੀ ਉਸ ਤੋਂ ਬਾਅਦ ਗੱਲ ਕਰੀਏ ਅਸੈਸਰੀਜ਼ ਦੀ, ਤਾਂ ਸਾਰੀ ਭਾਅ ਜੀ ਟੋਟਲ ਨਵੀਂ ਚੜ੍ਹਦੀ ਆ। ਅਸੈਸਰੀਜ਼ ਦੀ ਗੱਲ ਕਰੀਏ, ਕਾਰਬੋਰੇਟਰ ਰਬੜਾਂ, ਕਾਰਬੋਰੇਟਰ ਰਬੜਾਂ, ਬੈਂਜੋ ਪਾਈਪ ਆ ਗਈ, ਸੀਟ ਆ ਗਈ ਭਾਅ ਜੀ, ਮੋਨੋਗ੍ਰਾਮ ਆ ਗਏ, ਹੈਂਡਲ, ਜੋਕ ਸੈੱਟ, ਲੀਵਰ ਸੈੱਟ, ਮੁੱਠੇ, ਗ੍ਰਿਪ, ਲੋਕ ਸੈੱਟ, ਅੰਪੀਅਰ ਮੀਟਰ, ਵਾਇਰਿੰਗ ਆ ਗਈ, ਤਾਰਾਂ ਆ ਗਈਆਂ, ਉਸ ਤੋਂ ਬਾਅਦ ਟਾਇਰ ਆ ਗਏ, ਇੰਡੀਕੇਟਰ, ਨੰਬਰ ਪਲੇਟ, ਠੀਕ ਹੈ, ਸ਼ੋਕਰ ਫਰੰਟ ਵਾਲੇ, ਬੈਕ ਸ਼ੋਕਰ ਆ ਗਏ, ਵਾਇਰਿੰਗ ਆ ਗਈ, ਫੁੱਟ ਰੈਸਟ ਰਬੜਾਂ, ਕਿੱਕਾਂ ਵਗੈਰਾ, ਬਈ ਸਾਰਾ ਕੁਛ ਨਵਾਂ ਪੈਂਦਾ ਹੁਣ ਇਹਦੇ ਵਿੱਚ, ਕਿੱਕ ਕੁੱਕ, ਗੀਅਰ ਗੂਰ, ਸਾਰਾ ਕੁਛ ਨਵਾਂ ਪੈਂਦਾ, ਇਨਫੈਕਟ ਨਟ ਤੱਕ ਨਵੇਂ ਪਾਏ ਆ, ਠੀਕ ਆ ਜੀ। ਪਾਈਪਾਂ ਵਗੈਰਾ ਅਸੀਂ ਚੈੱਕ ਕਰ ਸਕਦੇ ਹਾਂ, ਗੇਜ ਚੈੱਕ ਕਰ ਸਕਦੇ ਹਾਂ, ਪੈਟਰੋਲ ਆਪਣੇ ਕਾਰਬੋਰੇਟਰ ਹੋ ਗਿਆ, ਉਹਦੀ ਪਾਈਪਾਂ ਆ ਗਈਆਂ, ਨਟ ਬੋਲਟ, ਮਤਲਬ ਛੋਟੀ ਛੋਟੀ ਜਿਹੜੀ ਵੀ ਭਾਅ ਜੀ ਜਿੰਨਾ ਸਮਾਨ ਸਾਰਾ ਕੁਛ, ਕਹਿ ਲਓ ਬੋਡੀ ਤੇ ਇੰਜਨ ਹੋ ਰਹਿ ਗਿਆ, ਉਹ ਰਹਿੰਦਾ ਆ, ਸਲੈਂਸਰ ਬੈਂਡ, ਉਹਦੀ ਸਲੈਂਸਰ ਪੱਤੀ ਆ ਗਈ, ਸ਼ੋਕਰ ਆ ਗਏ, ਚੇਨ ਸੈੱਟ ਆ ਗਿਆ, ਸੀਟ, ਰਿਫਲੈਕਟਰ, ਬੈਕਲਾਈਟ, ਮਤਲਬ ਭਾਅ ਜੀ ਇਹ ਅੰਤ ਹੀ ਨਹੀਂ ਅਸੈਸਰੀਜ਼ ਦਾ, ਤਾਂ ਅਸੈਸਰੀਜ਼ ਇੰਨੀ ਕੁ ਪੈਂਦੀ ਗੱਡੀ ਦੇ ਵਿੱਚ, ਅਤੇ ਸਾਰਾ ਕੁਛ ਇਹ ਵੀ ਨਵਾਂ ਪਿਆ ਆ। ਅਤੇ ਬਾਕੀ ਕਸਟਮਰ ਦੀ ਜੋ ਰਿਕੁਆਇਰਮੈਂਟ ਸੀ ਉਸ ਅਕੋਰਡਿੰਗਲੀ ਗੱਡੀ ਭਾਅ ਜੀ ਸਾਰੀ ਤਿਆਰ ਕੀਤੀ, ਓਰੀਜਨਲ ਸੀਟ ਜੋ ਅੱਜ ਦੇ ਟਾਈਮ 'ਚ ਬੁਲਟ ਦੇ ਨਾਲ ਲੱਗ ਕੇ ਆ ਰਹੀ ਹੈ, ਉਹ ਵਾਲੀ ਸੀਟ ਪਾਈ ਹੈ, ਚੈੱਕਰਸ ਦੇ ਆਰ ਵਾਲੀ, ਬੈਜਿੰਗ ਵਾਲੀ, ਪਿੱਛੇ ਉਹਨਾਂ ਨੂੰ ਹੈਂਡਲ ਚਾਹੀਦਾ ਸੀਗਾ, ਉਸਦੀ ਹੀ ਓਰੀਜਨਲ ਵਾਂਗੂ ਹੈਂਡਲ ਲਾਇਆ ਇਹਦੇ ਵਿੱਚ। ਅਤੇ ਬਾਕੀ ਭਾਅ ਜੀ ਸਾਰੀ ਗੱਡੀ ਸਟੋਕ ਜਿੱਦਾਂ 2009 ਵਿੱਚ ਆਉਂਦੀ ਸੀਗੀ ਉਸ ਲੁੱਕ ਵਿੱਚ ਰੱਖੀ ਆ, ਉੱਤੇ ਹੋਰ ਕੋਈ ਮੋਡੀਫਿਕੇਸ਼ਨ ਵਗੈਰਾ ਕੁਛ ਨਹੀਂ ਕੀਤੀ ਹੈਗੀ। ਜਿਹੜਾ ਤਾਂ ਹੈਂਡਲ ਹੈ ਭਾਅ ਜੀ ਉਹ ਆਪਾਂ UC ਮਾਡਲ ਨਵੇਂ ਦਾ ਲੇਟੈਸਟ ਦਾ ਪਾਇਆ ਵਿਦ ਵੇਟ, ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਵੇਟ ਆਪਣੇ ਜਿਹੜੇ ਓਲਡ ਮਾਡਲ ਨੇ ਵੇਟ ਨਹੀਂ ਪਾਈ ਦੇ, ਬਟ ਉਹਨਾਂ ਨੇ ਵੇਟ ਸਪੈਸ਼ਲੀ ਪਾਇਆ ਇਹਦੇ ਵਿੱਚ। ਸੋ ਜਿਹੜਾ ਕਿ ਲੇਟੈਸਟ UC ਮਾਡਲ ਨੂੰ ਹੈਂਡਲ ਆ ਰਿਹਾ ਉਹ ਪਾਇਆ ਇਹਦੇ ਵਿੱਚ। ਬਾਕੀ ਤਾਂ ਭਾਅ ਜੀ ਪੈਟਰੋਲ ਟੈਂਕ, ਇੱਧਰ ਪੈਟਰੋਲ ਟੀ ਆ ਗਈ, ਕਾਰਬੋਰੇਟਰ ਆ ਗਿਆ, ਪੁਆਇੰਟ ਕਵਰ ਆ ਗਿਆ। ਸੋ ਆਪਾਂ ਕਹਿ ਸਕਦੇ ਕਿ ਜੋ ਕਸਟਮਰ ਦੀ ਰਿਕੁਆਇਰਮੈਂਟ ਸੀ ਉਹਦੇ ਨਾਲ ਗੱਡੀ ਪੂਰੀ ਭਾਅ ਜੀ ਇਸ ਵੇਲੇ ਤਿਆਰ ਹੈ। ਇੱਥੇ ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਣੀ ਚਾਹੁੰਦਾ, ਜਿਹੜਾ ਇਹ ਬੁਲਟ ਹੈਗਾ ਆ, ਇਹ ਕਹਿ ਲਓ ਇੱਕ ਗੋਲਡਨ ਚੀਜ਼ ਆ ਮੈਂ ਕਹੂੰਗਾ ਜਿਹਨੇ ਵੀ ਖਰੀਦਿਆ, ਕਿਉਂਕਿ ਭਾਈ ਲਾਸਟ ਇਹ ਹੈ, ਕਿਉਂਕਿ 15 ਸਾਲ ਦੀ RC ਤੁਹਾਨੂੰ ਹੋਰ ਕਿਸੇ ਨਾਲ ਨਹੀਂ, ਇਹਦੀ 37 RC ਬਣੀ ਹੈ, RC ਇੰਸ਼ੋਰੈਂਸ, ਪੋਲਿਊਸ਼ਨ, ਸਾਰਾ ਕੁਛ ਆਨਲਾਈਨ ਵੈਲਿਡ ਹੈ, ਗੱਡੀ ਨੂੰ ਕੋਈ ਰੋਕ ਟੋਕ ਨਹੀਂ ਹੈਗੀ, ਕੋਈ ਕੁਛ ਨਹੀਂ ਹੈ ਕਿ ਇਹਦਾ ਚਲਾਨ ਹੋਊਗਾ, ਸਟੋਕ ਸਲੈਂਸਰ ਪਿਆ ਆ, ਕੋਈ ਇੱਥੇ ਮੋਡੀਫਿਕੇਸ਼ਨ ਨਹੀਂ ਕੀਤੀ ਹੈਗੀ, ਠੀਕ ਹੈ ਜੀ। ਹਾਈ ਸਕਿਉਰਿਟੀ ਪਲੇਟਸ ਲੱਗ ਜਾਣੀ ਹੈ, ਅਤੇ ਇਹਦੇ ਉੱਤੇ ਕੋਈ ਵੀ ਕਹਿ ਲਓ ਉਂਗਲ ਨਹੀਂ ਕਰ ਸਕਦੇ ਕਿ ਹਾਂ ਵੀ ਅਸੀਂ ਗੱਡੀ 'ਚ ਇਹ ਚੀਜ਼ ਇਲੀਗਲ ਕੀਤੀ ਆ, ਸਾਰੀ ਬਾਈਕ ਲੀਗਲ ਆ ਇਸ ਵੇਲੇ, ਅਤੇ ਇਹਨੂੰ ਕੋਈ ਰੋਕ ਟੋਕ ਕੋਈ ਕੁਛ ਨਹੀਂ ਹੈਗਾ ਭਾਅ ਜੀ। ਬਾਕੀ ਹਾਂ, ਕਸਟਮਰ ਬਾਅਦ 'ਚੋਂ ਮੋਡੀਫਿਕੇਸ਼ਨ ਕਰੀ ਜਾਵੇ ਗੱਲ ਵੱਖਰੀ ਹੈ, ਬਟ ਆਪਾਂ ਇਹਨੂੰ ਪੂਰਾ ਸਟੋਕ ਸਿੰਪਲ ਸੋਬਰ ਗੱਡੀ ਨੂੰ ਤਿਆਰ ਕੀਤਾ ਆ ਕਿ ਕੋਈ ਵੀ ਇਹਦੇ ਉੱਤੇ ਇਲੀਗਲ ਐਕਸ਼ਨ ਨਾ।
अपने जैन किटा हो गई, बिजली सेंटर किट हो गई, ए भी नवी पाइमिंग जैन हो गए, उपरले कवर जैन हो गए, टाइमिंग टापिया मतलब कह लो गड्डी कोई लीकेज वगैरह कोई प्रॉब्लम नहीं। कहते होंगे कि ओल्ड मॉडल की प्रॉब्लम बहुत आती लीकेज वगैरह कुछ नहीं है, ये कुछ नहीं है भाई भाजी की फेसिंग वगैरह प्रॉपर होंगी है तो ये कोई टेंशन ही नहीं होंगी हैगी। बाकी 02 वाली भाजी गड्डी है सबको पता भाई प्राइस नहीं आप डिस्क करना क्योंकि अप एंड डाउन होंदिया रही है और रफली एस्टीमेट लगा के चलो 2 लाख की नियर अबाउट गड्डी डॉक्यूमेंट। हाँ जी भाई विद डॉक्यूमेंट गड्डी बन जाती है हूँ नहीं भाजी हूँ गड्डिया है ही नहीं नंबर जो किसी चाहिए भी हाँ भी नंबर लगा दो तो हूँ पॉसिबल नहीं है जी ये मोटा मोटा कह लो रेडी हुई थी तो 2 लाख के नेड़े तेड़े हुई थी विद डॉक्यूमेंटेशन 15 साल की RC के नाल। हाँ जी भाजी बाकी है कि जिन्ना अभी उपर काम करवाना एक्सट्रा काम करवाना LED लाइट्स आ गई वे हॉर्न आ जाते हैं ये चीज़ों के एक्सट्रा चार्जेस पैंदे हैं भाजी सारिया चीज़ों के पर यह कि हाँ जी होप तुहानू यह वीडियो वधिया लगी होगी साउंड तो चलो यदि तुहानू सुनी होनी सारिया ने ये की चेक करवानी है साउंड तो सेम ही उही होंदी है स्टॉक सलंसर है इस कोई है नहीं लॉन्ग नहीं पाया कोई कुछ नहीं स्टॉक सलंसर है बिल्कुल साइलेंट गड्डी है तो बाकी कहने का स्टार्ट करके दिखा दें एक बार चलो थोड़ा जहा कर दियो भाई थोड़ी ही हले गड्डी भारी है क्योंकि इन्हें प्रॉपर चलनी चले चली भी नहीं रमा भी होनी है उस करके थोड़ी हले गड्डी भारी है चल चल के रमा हो गए गड्डी का हो तो चलो जो कॉमन होंगे जिदा नवी गड्डी वही सेम चीज़ है। सो कहो जी लगी रीस्टोरेशन प्लीज़ कमेंट करके दस्यो तो जे किसी ने बाइक रीस्टोर करवाना है या जिप्सियाँ का कोई भी काम करवाना है या कोई भी तुसी अपनी मन मर्जी का कोई बाइक नू मॉडिफाई करवाना है या कुछ भी करवाना है तो कंटैक्ट कर सकते हो इंस्टाग्राम से तुसी फॉलो कर सकते हो गुरप्रीत _ कस्टम्स बाकी स्क्रीन पर तुहानू नंबर देख सी रहा होना है कंटैक्ट करके तुसी अपना जो भी क्वेरी होवे तुसी इन्हां नू गल कर सकते हो कंटेंट वधिया लगा तो चैनल नू सबसक्राइब कर लियो मिलते हैं जल्दी चंगा जी सत श्री अकाल।